ਨੰਬਰ ਹੀ ਬੜੇ ਬੋਲਰ ਦਾ ਕੁਝ ਨਹੀਂ ਹੁੰਦਾ। ਉਹਨੂੰ ਟੈਨਸ਼ਨ ਹੈ ਬਈ ਆਪਣੇ ਆਪ ਦੀ, ਉਹਦੇ ਟੈਨਸ਼ਨ ਲਾ ਤੂੰ ਆਪ ਦੀ ਹੋਰ। ਲਓ ਸਾਹਮਣੇ ਇੱਕ ਬਹੁਤ ਤਗੜੀ ਮੈਜਿਕ ਦੀ ਸ਼ੁਰੂਆਤ ਚੁੱਕੀ, ਜਿਹੜੀ ਦੁਨੀਆਂ ਦੇ ਕਦੇ ਵੱਡੇ ਵੱਡੇ ਸਟਾਰ ਕਦੇ ਆ ਗਏ, ਕਦੇ 40 ਮੈਚ ਦੇ ਵਿੱਚ ਬੈਟਿੰਗ ਦੀ ਟੀਮ ਹੈ, ਕਦੇ ਚੰਨ ਕੋਟੀ ਬਾਪ ਦੀ ਟੀਮ ਹੈ ਰਾਜਲੀ, ਸਟਰਾਈਕ ਦੀ ਕਦੇ ਮੂਸੇ ਦੀ ਪਿੰਡਾਂ ਬਾਬੂ ਮੇਰੇ ਮਿੱਤਰੋ, ਇੱਕ ਸਿੰਗਲ ਦੇ ਵਾਅਦੇ ਕਦੇ ਕਰ ਗਏ ਆਪਣੀ ਟੀਮ ਦੇ ਲਈ। ਆਹ ਦੂਸਰੇ ਪਾਸੇ ਵੇਖਾਂਗੇ ਆਪਾਂ, ਸਲੀਮ ਨਾਮ ਹੈ ਤੇ ਕਹਿੰਦੇ ਖੇਡਣ ਪਿੰਡ ਹੈ ਇਸ ਹਾਲ ਦੇ ਇਲਾਕੇ ਦਾ, ਇਹ ਪਰਵਾਲੇ ਦੇ ਕਿਤੇ ਇਲਾਕੇ ਵਿੱਚ ਚੱਲ ਕੇ ਮੁੰਡਾ ਕਿਤੇ ਆਇਆ ਹੈ, ਇਹ ਮੁੰਡਾ ਖਾਨ ਪਰਿਵਾਰ ਦਾ ਸਲੀਮ ਕਿਹੜੇ ਖੇਤਰ ਦਾ ਬਾਹਰ ਕਿਹੜੇ ਪੌਂਦਰੀ ਤਿਆਰ ਕਰ ਤਿਆਰ ਹੈ। ਇਹਨੇ ਇੱਕ ਸਾਲ ਮੇਰੀਆਂ ਅੱਖਾਂ ਦੇ ਸਾਹਮਣੇ ਯਾਕੀ ਵਿੱਚੋਂ ਜਿੱਤੀ ਹੈ, ਬੱਤੀ ਚੀਜ਼ਾਂ ਨੇ LED ਤੇ ਬਹਿਦਾ ਬਹਿਦਾ ਕਰਵਾਈ ਹੈ। ਇਹਦਾ ਸਲੀਮ ਨਾਮ ਹੈ, ਇਸ ਹਾਲ ਦੇ ਇਲਾਕੇ ਦੇ ਵਿੱਚੋਂ ਮੁੰਡਾ ਚੱਲ ਕੇ ਆਇਆ ਹੈ, ਬਾਹਰ ਕਿਹੜੇ ਪੌਂਦਰੀ ਕਿਹੜੇ ਫੜਿਆ ਹੋਇਆ ਹੈ। ਦੂਸਰੇ ਪਾਸੇ ਰਤੀ ਮੁੰਡੀ ਦਾ ਕਿਹੜੇ ਹਲਕਾ ਪਿੰਡ ਹੈ, ਚੰਨ ਕੋਠੀ ਪਿੰਡ ਹੈ, ਜ਼ਿਲ੍ਹਾ ਕਿਹੜੇ ਫਤਿਹਾਬਾਦ ਹੈ, ਇਹ ਵਕੀਲ ਕਿਹੜੇ ਨਾਨਾ ਮੁੰਡੇ ਦਾ। ਇਹ ਮੁੰਡਾ ਵੀ ਪਹਿਲੇ ਮੈਚ ਦੇ ਵਿੱਚ ਕੁਆਟਰ ਦੇ ਵਿੱਚ ਬੜਾ ਤਗੜਾ ਖੇਡਿਆ ਤੇ ਲੋਕਾਂ ਦਾ ਦਿਲ ਜਿੱਤਿਆ ਮੁੰਡੇ ਨੇ, ਤੇ ਬਹਿਣਾ ਬਹਿਣਾ ਔਰ ਕਿਹੜੇ ਕਰਵਾਈ ਹੈ। ਔਰ ਪੀਰ ਬਾਬਾ ਚੰਨ ਫਕੀਰ ਜੀ ਮਹਾਰਾਜ ਮੇਰਾ ਕਿਹੜੇ ਫੱਕਰਾ ਨੀ ਦਰਗਾਹ ਤੇ ਕਿਹੜੇ ਭਾਰੀ ਮੇਲਾ ਜਿਹੜਾ ਕਿਹੜੇ ਭਰਦਾ, ਗੱਲ ਕਿਹੜੇ ਹੁੰਦੀ ਹੈ ਕਿਹੜੇ ਕਬੱਡੀ ਦੀ, ਤੇ ਕਾਸਪੁਰ ਵਿੱਚ ਵੀ ਚਰਚੇ ਹੋਏ ਪਏ ਆ ਮੇਰੇ ਮਿੱਤਰੋ, 20 ਮਈ ਹੋਣੀ ਹੈ ਕੋਠੀ ਦੇ ਕਿਹੜੇ ਵੱਡੇ ਮੇਲੇ ਤੇ, ਨਰੋਲ ਦੇ ਵਿੱਚ ਕਿਹੜੇ 61,000 ਹੈ ਤੇ ਕਹਿੰਦੇ ਵਾਸ਼ਿੰਗ ਮਸ਼ੀਨ ਹੈ ਜਿਹੜੀ ਦਿੱਤੀ ਜਾਣੀ ਹੈ, ਹਰ ਗੱਲਾਂ ਹੋਣੀਆਂ। ਹਰ ਬੂਟਾ ਚ ਨਹੀਂ ਆਇਆ ਤੇ ਜ਼ਿੰਦਗੀ ਦੇ ਕਹਿੰਦੇ ਰਝੇਵੇਂ ਹੈ, ਪ੍ਰੀਤ ਵਰਗੇ ਮਹਾਂਵੀਰ ਵਰਗੇ ਤੇ ਬਾਬੋ ਜਗੀਰ ਕਰਦਾ ਟੀਮ ਨੂੰ ਭਰਾ ਕਿਹੜੇ ਪੁੱਜਿਆ ਹੋਇਆ। ਦੂਸਰੇ ਪਾਸੇ ਦੇਖਾਂਗੇ ਆਪਾਂ ਅਗਰੋਹਾ ਮੋੜ ਦਾ ਇਲਾਕਾ ਪੈਂਦਾ, ਇਸ ਹਾਲ ਦੇ ਇਲਾਕੇ ਦੀ ਟੀਮ ਹੈ, ਰਾਜਲੀ ਪਿੰਡ ਹੈ ਮੁੰਡਿਆਂ ਦਾ। ਔਰ ਸਾਹਮਣੇ ਵੇਖਾਂਗੇ ਇਧਰਲੇ ਪਾਸੇ ਬਾਲ ਪਈ ਹੈ, ਔਰ ਸਿੰਗਲ ਤੋਂ ਡਬਲ ਟ੍ਰਿਪਲ ਇਹ ਚਾਰ ਦੇ ਫੜੇ ਲਾਈਆਂ ਨੇ ਆਪਣੀ ਟੀਮ ਲਈ, ਔਰ ਜਿਹੜੇ ਕਿਹੜੇ ਜੋੜ ਦਿੱਤੇ ਹੈ, ਚੌਕਾ ਪੜ ਗਿਆ ਤੇ ਕਮਾਲ, ਔਰ ਜਿਹੜੀ ਕਿਹੜੇ ਹੋ ਗਈ ਹੈ ਟੱਕਰ ਹੋ ਗਈ ਪੱਪਰ ਹੀਰਾਂ ਦੀ। ਕਰਕੇ ਵੇਖੋ ਕੁੱਲ ਜਵਾਨਾਂ ਮੈਚ ਤੇ ਕੱਪ ਲਈ ਜਿੱਤਣਗੇ, ਜਿਹਦੇ ਡੌਲੀਆਂ ਪੱਟਾਂ ਟੁੱਟਾਂ ਬੈਟਾਂ ਦੇਵ ਚ ਜਾਣਾ, ਅੱਜ ਕੌਣ ਜਿੱਤੇਗਾ, ਇੱਕ ਟੀਮ ਨੇ ਕਿਹੜੇ ਸੈਮੀ ਫਾਈਨਲ ਦੇ ਕਿਹੜੇ ਔਰ ਮੈਚ ਜਿੱਤ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਿਹੜੇ ਕਰ ਜਾਣਾ, ਜਿਹੜੀ ਟੀਮ ਜਿੱਤ ਗਈ ਇੱਕ ਪ੍ਰਾਈਡ ਜਿਹੜਾ ਕਿਹੜੇ ਪੱਕਾ ਹੋ ਜਾਣਾ, ਜਿਵੇਂ ਸਿਆਣੀਆਂ ਬੁੜੀਆਂ ਗੱਲਾਂ ਕਰਦੀਆਂ ਹੁੰਦੀਆਂ ਵੀ ਮੁੰਡਾ ਨੀ ਕੁੜੀ ਤੇ ਪੱਕੀ ਪੱਕੀ ਹੋਣੀ ਹੈ। ਅੱਜ ਚਾਲੀ ਮੈਚ ਦੇ ਵਿੱਚ ਉਹ ਮੈਚ ਕਿਹੜੇ ਲੱਗਿਆ ਹੋਇਆ, ਪਰ ਸਾਹਮਣੇ ਵੇਖਾਂਗੇ ਆਪਾਂ ਰਾਜਲੀ ਵਾਲਾ ਮੁੰਡਾ ਅੱਜ ਕਿਹੜੇ ਵੇਖਾਂਗੇ, ਵੱਡੀ ਟੀਮ ਬਣਾ ਕੇ ਲੈ ਕੇ ਆਇਆ, ਸਲੀਮ ਨੀ ਕਿਹੜੇ ਬਾਲ ਪੈਂਦੀ ਹੈ, ਚੰਨ ਕੋਠੀ ਪਿੰਡ ਆਹ ਮੁੰਡੇ ਦਾ ਮੇਰੇ ਮਿੱਤਰੋ ਬਾਲ ਫੇਰ ਆ ਪਈ ਹੈ ਟਰਾਈ ਵੱਡੀ ਤੇ ਸਿੰਗਲ ਨੇ ਕਿਹੜੇ ਵਾਧੇ ਓਵਰ ਸਮਾਪਤ। ਅਗਲਾ ਬੋਲਰ ਔਰ ਸ਼੍ਰੀਮਾਨ
ਬਲਵਾਨ ਸਿੰਘ ਜੀ ਦੌਲਤਪੁਰ ਐਮਐਲਏ ਔਰ ਉਹਨਾਂ ਦੇ ਜਿਹੜੇ ਬੇਟਾ ਜੀ ਵਿਸ਼ੇਸ਼ ਤੌਰ ਤੇ ਜਿਹੜੇ ਪੁੱਜੇ ਹੋਏ ਹੈ ਇੱਥੇ ਪਹੁੰਚਣ ਤੇ ਆਪਾਂ ਜੀ ਨੂੰ ਆਖਾਂਗੇ ਬਹੁਤ ਜਿਹੜੇ ਪਿਆਰੀ ਸ਼ਖੀਅਤ ਹੈ ਔਰ ਇਲੈਕਸ਼ਨ ਦਾ ਜਿਹੜੇ ਟਾਈਮ ਅਜੇ 25 ਮਈ ਜਿਹੜੀ ਭਾਗਾਂ ਵਾਲੀ ਜਿਹੜੇ ਹੋ ਰਹੀ ਹੈ ਕੌਣ ਜਿੱਤੇਗਾ ਕਿਹੜੀ ਕਿਸਮਤ ਦੇ ਵਿੱਚ ਜਿੱਤ ਲਿਖੀ ਹੈ ਇਹਦੀ ਨੀਲੀ ਛੱਤ ਲਾ ਜਾਂਦਾ ਹੈ ਹਾਂ ਕੰਮ ਕਰਕੇ ਉੱਠਾਉਣੇ ਪੈਂਦੇ ਹੈ ਔਰ ਫਿਰ ਜਾ ਕੇ ਲੋਕ ਸਰਦਾਵਾਂ ਕਹਿੰਦੇ ਪੁੱਛਦੇ ਹੈ ਪਰ ਪਹਿਲਾਂ ਨਾਲੋਂ ਦੁਨੀਆਂ ਦੀ ਗੱਲ ਜਾਣਾ ਸਮਝਦਾਰ ਹੈ ਜ਼ਿਆਦਾ ਸਿਆਣੀ ਹੋ ਗਈ ਹੈ ਹਰ ਇੱਕ ਨੂੰ ਪਤਾ ਹੈ ਵੀ ਕੌਣ ਜਿੱਤਣਾ ਚਾਹੀਦਾ ਹੈ ਤੇ ਕਿਹਨੂੰ ਜਿਤਾਉਣ ਚ ਫਾਇਦਾ ਹੈ ਇਹ ਲੋਕਾਂ ਨੂੰ ਮੇਰੇ ਪਤਾ ਮੇਰੇ ਮਿੱਤਰੋ ਪਰ ਵੇਖਾਂਗੇ ਆਪਾਂ ਇਹ ਰਾਜਨੀਤੀ ਪ੍ਰਧਾਨ ਹੈ ਇਹਤੇ ਕੁਝ ਨੀ ਕਿਹਾ ਜਾ ਸਕਦਾ ਇਹ ਚੱਲਦੀ ਦਾ ਨਾਂ ਕਿਹੜੀ ਗੱਡੀ ਹੈ ਪਰ ਵੇਖਾਂਗੇ ਆਪਾਂ ਦੋਨੇ ਪਾਸੇ ਔਰ ਸ਼੍ਰੀਮਾਨ ਬਲਵਾਨ ਸਿੰਘ ਜੀ ਦੌਲਤਪੁਰ ਐਮਐਲਏ ਉਹਦੇ ਜਿਹੜੇ ਬੇਟਾ ਜੀ ਵਿਸ਼ੇਸ਼ ਤੌਰ ਤੇ ਕਿਹੜੇ ਪੁੱਜੇ ਹੋਏ ਹੈ ਬਹੁਤ ਵੱਡਾ ਧੰਨਵਾਦ ਹੈ ਵੱਡੀ ਧਰਤੀ ਹਾਲੀ ਹੈ ਔਰ ਚਰਚੇ ਹੋਏ ਪਏ ਹੈ ਮੇਰੇ ਪਾਰਲੀਮੈਂਟ ਕੀ ਹੈ ਜੀ ਲਓ ਸਾਹਮਣੇ ਸੰਦੀਪ ਰਾਜਵੀ ਦਾ ਹੁੰਡਾ ਕਿਹੜੇ ਬਾਲ ਕਿਹੜੇ ਪਾਉਂਦੀ ਤਿਆਰ ਹੋ ਪਾਉਂਦਾ ਹੈ ਆਦਮਪੁਰ ਮੰਡੀ ਦੇ ਕਿਹੜੇ ਹਲਕੇ ਦੀ ਕਿਹੜੇ ਟੀਮ ਹੈ ਅਗਰੋਹਾ ਮੋੜ ਹੈ ਇਸ ਹਾਰ ਦੀ ਗੱਲ ਕਿਹੜੀ ਹੁੰਦੀ ਹੈ ਪਰ ਸਾਹਮਣੇ ਮੁੰਡਾ ਮੂਸੇ ਲਈ ਪਿੰਡਾ ਇਹ ਕਿਹੜੇ ਬਾਲੇ ਮਿੱਤਰੋ ਸੁਨੀਲ ਕਿਹੜੇ ਨਾਮ ਰੱਖਿਆ ਮਾਪਿਆਂ ਦੇ ਇਹ ਮੁੰਡਾ ਕਿਹੜੇ ਕਮਜ਼ੋਰ ਪਵਾਰਾ ਦੁਨੀਆਂ ਦਾ ਕਿਹੜੇ ਮਹਾਨ ਹੈ ਇਧਰਲੇ ਪਾਸੇ ਉਹ ਖੇਡਣ ਵਾਲਾ ਗਾਬੀਆਂ ਘੱਟ ਕਰਦਾ ਉਹ ਖੇਡਣ ਵਾਲਾ ਗਾਬੀਆਂ ਘੱਟ ਕਰਦਾ ਚਰਕੋਟੀ ਵਾਲਿਆ ਆਰ ਕਹਿਰਾਂ ਦੀਆਂ ਸਿਰਾਂ ਤੇ ਵੀ ਹੁੰਦੀਆਂ ਲੜਾਈਆਂ ਆਪਣੇ ਵੀ ਚੌਲਿਆਂ ਚ ਔਰ ਜਾਨ ਚਾਹੀਦੀ ਆਪਣੇ ਵੀ ਚੌਲਿਆਂ ਚ ਕਿਹੜੇ ਜਾਨ ਚਾਹੀਦੀ ਥੋੜੇ ਦੁੱਖ ਦਰਦ ਕਿਹੜੇ ਪਰਿਵਾਰ ਦੇ ਜਿਹੜੇ ਕਿਹੜੇ ਆਏ ਹੈ ਥੋੜੀ ਜਿਹੀ ਮੁਸੀਬਤਾਂ ਪਰਿਵਾਰ ਤੇ ਕਿਹੜੇ ਆਈ ਹੈ ਪਰ ਮੁੰਡੇ ਨੇ ਕਿਹੜੇ ਡੱਟ ਕੇ ਹੌਸਲਾ ਕੀਤਾ ਜਿਹੜਾ ਪਿੰਡ ਵੀ ਮੇਲਾ ਕਰਵਾ ਰਿਹਾ ਇੱਥੇ ਵੀ ਪੁੱਜਿਆ ਹੋਇਆ ਔਰ ਚਰਚੇ ਹੁੰਦੇ ਮੇਰੇ ਮਿੱਤਰੋ ਸੰਦੀਪ ਜੀ ਕਿਹੜੇ ਬਾਲ ਪੈਂਦੀ ਹੈ ਖੇਡਦੇ ਕਿਹੜੇ ਮੈਦਾਨ ਦੇ ਵਿੱਚ ਇਧਰਲੇ ਪਾਸੇ ਬੱਲੇ 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 ਆਸਾਂ ਚਾਹੜੇ ਨਾਲ ਜਿੱਤੀਆਂ ਕਿਹੜੇ ਪਿੰਡੀਆਂ ਭਾਵੇਂ ਠੰਡਾ ਚੱਲ ਮਿੱਠੇ ਪਿੰਡੇ ਸ਼ਬੀਰ ਲੱਗੀ ਹੈ ਪੂਰੀ ਹੋ ਗਈ ਹੈ ਨਾਲ ਪੈਂਦੀ ਹੈ ਭਾਈ ਵੱਡੀ ਨਵੀਆਂ ਦੀ ਚਾਰ ਦੇ ਵਾਢੇ ਔਰ ਜਿਹੜੇ ਕਿਹੜੇ ਹੋ ਚੁੱਕੇ ਹੈ ਪੈਸੀਆਂ ਬੀਬੀ ਜਿਹੜੇ ਘਰ ਦੇ ਮੁੰਡਾ ਤੇ ਪਾਸਪਰਾਤਰ ਲੱਗਿਆ ਕਹਿੰਦੇ ਸਭ ਦੇ ਜੁਲਾ ਤੇ ਕਰਕੇ 5 ਦੁਕਾਨਾਂ ਕਾਲਜ ਪਾਣੀ ਸ਼ਰਕਰੀਆਂ ਅੱਜ ਲੁਕਣ ਕਿਤੇ ਨਹੀਂ ਦੇਣਾ ਰਾਜਲੀ ਆਇਆ ਟਾਂਗਾ 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 ਖੜਕਦੀਆਂ ਟਾਂਗਾ ਖੜਕਣਾ ਇਹ ਕਈ ਮੇਲਾ ਕਹਿੰਦੇ ਬੈਸਟ ਹੈ ਇਹ ਹੈ ਕਿਹੜੇ ਮੇਰੇ ਮਿੱਤਰੋਂ ਮੁੰਡਾ ਸੰਧੂ ਪੁਲਾ ਦਾ ਨਿੱਕਾ ਨਾਮ ਰੱਖਿਆ ਮਾਪਿਆਂ ਨੇ ਦੁਨੀਆਂ ਫੂਟਾਂ ਦੇ ਚਰਚੇ ਹੁੰਦੇ ਹੈ
ਕੇਡੀ ਕਾਲਜ ਖਾਲਸਾ ਦੇ ਲਈ ਬੜਾ ਲੰਮਾ ਸਮਾਂ ਖੇਡਿਆ ਤੇ ਚਰਚੇ ਜਿਹੜੇ ਹੋਏ ਆ ਮੁੰਡੇ ਦੀ ਇੱਕ ਸਿੰਗਲ ਤੋਂ ਡਬਲ ਦੀ ਕਾਲ ਸਹੀ ਹੈ ਸ਼ਾਬਾ ਔਰ ਜਿਹੜੇ ਕਿਹੜੇ ਹੋ ਚੁੱਕੇ ਹੈ ਦੌੜ ਦੇ ਨਾਲ ਸੰਤੁਸ਼ਟੀ ਜਿਹੜੀ ਕਿਹੜੇ ਕਰਨੀ ਪੈਣੀ ਹੈ ਖੇਡਦੇ ਕਿਹੜੇ ਮੈਦਾਨ ਦੇ ਵਿੱਚ ਕਾਸਕੋ ਮੇਰੀ ਜਿੰਦ 24 ਇੱਕ ਵੱਡੀ ਵੈਬਸਾਈਟ ਇੱਕ ਵੱਡਾ ਪੇਜ ਇੰਟਰਨੈਟ ਦੇ ਨਾਲ ਫੇਸਬੁੱਕ ਦੇ ਨਾਲ ਹਰ ਦੁਨੀਆਂ ਜੁੜੀ ਹੋਈ ਹੈ ਸੋਸ਼ਲ ਮੀਡੀਆ ਤੇ ਚਰਚੇ ਆ ਕਿਹੜੇ ਚਲੋਟਾਂ ਨੇ ਵੱਡੇ ਨੇ ਡਾਕਟਰ ਕਿਹੜੇ ਰੋਲੀ ਵਾਲਾ ਭਰਾ ਸਾਡਾ ਡਾਕਟਰ ਲੋਕ ਟੈਂਟ ਹਾਊਸ ਵਾਲੇ ਵੀ ਜਾਣਾ ਕਿਹੜੇ ਧੰਨਵਾਦ ਹੈ ਔਰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਉਹਨਾਂ ਦੀ ਚੰਦ ਸ਼ੋ ਪ੍ਰਾਪਤ ਕਿਹੜੇ ਨਗਰੀ ਹੈ ਫਾਈਨਲੀ ਵੀਰ ਕੋਈ ਬੈਠਾ ਆਸਟ੍ਰੇਲੀਆ ਕੋਈ ਰਹਿੰਦਾ ਯੂਕੇ ਕੋਈ ਚਲਾ ਗਿਆ ਕੈਨੇਡਾ ਕੋਈ ਨਿਊਜ਼ੀਲੈਂਡ ਬਾਈ ਸਕੂਲ ਜਿਹੜੇ ਕਿਹੜੇ ਹੋ ਚੁੱਕੀ ਹੈ ਖੇਡਦੇ ਕਿਹੜੇ ਮੈਦਾਨ ਦੇ ਵਿੱਚ ਪਹਿਲਾ ਸੈਮੀ ਫਾਈਨਲ ਕਿਹੜੇ ਚਲੀ ਜਾਂਦਾ ਰਾਣਵੀਰ ਕਿਹੜੇ ਪੁਰਜਾ ਹੈਪੀ ਕਿਹੜੇ ਮਿਰਜਾਪੁਰ ਤੇ ਨਾਲ ਕਿਹੜੇ ਨੰਦੂ ਭਰਾ ਸਾਡਾ ਇਹਨਾਂ ਪਿੰਡਾਂ ਦਾ ਕਿਹੜੇ ਮਾਣ ਹੈ ਆਮ ਮੁੰਡਾ ਕਿਹੜੇ ਵਕੀਲ ਕੋਠੀ ਦੀ ਸ਼ਾਨ ਹੈ ਇਹ ਉੱਪਰ ਦਾ ਸਟਾਰ ਹੈ ਉਹਨਾਂ ਪਿੰਡਾਂ ਦਾ ਪੱਕਾ ਜਾਂ ਰੰਗਾ ਮੁੰਡੇ ਦਾ ਇਹ ਕਿਹੜੇ ਮੇਰੇ ਵਿੱਚ ਚਰਚੇ ਕਿਹੜੇ ਹੁੰਦੇ ਹੈ ਵੀ ਮਿੱਤਰਾਂ ਦਾ ਰੰਗ ਪੱਕਾ ਪੀਰ ਵਰਗਾ ਜੇਠ ਹਾਰ ਦੀਆਂ ਧੁੱਪਾਂ ਵਿੱਚ ਆਹ ਚੋ ਨਹੀਂ ਸਕਦਾ ਸੂਟ ਬੂਟ ਪਾ ਕੇ ਜਿੱਥੋਂ ਲੰਘ ਜਾਈਦਾ ਨਦੀ ਮੁੜ ਕੇ ਨਾ ਵੇਖੇ ਇਹ ਵੀ ਹੋ ਨਹੀਂ ਸਕਦਾ ਇਹ ਮੁੰਡਾ ਅੰਡਰ ਖੇਡਦਾ ਤਾਰ ਬਣਿਆ ਪਤਲਾ ਪਤੰਗ ਸਰੀਰ ਹੈ ਮੁੰਡੇ ਦਾ ਵੀ ਧਿੱਕੇ ਦੇ ਲੈਣਾ ਵਾਲਾ ਸ਼ਾਟ ਨੇ ਸਰੀਰ ਦਾ ਕਰਦਾ ਮੁਕਾਬਲਾ ਤੀਰ ਦਾ ਛੱਕਾ ਫੇਰ ਵੱਜਿਆ ਤੇ ਚੌਂਕੀ ਹੋ ਗਏ ਜਿਹੜੇ ਇਹ ਮੁੰਡਾ ਇਹ ਗੱਲ ਪੱਕੀ ਹੈ ਆਪਾਂ ਤੇ ਅਰਦਾਸਾਂ ਬੇਨਤੀਆਂ ਕਹਿੰਦੇ ਕਰ ਸਕਦੇ ਹਾਂ ਆਹ ਚਰਚੇ ਹੋ ਗਏ ਇਹ ਵੀ ਇੱਕ ਨੌਰਮਲ ਪਰਿਵਾਰ ਦਾ ਕਿਹੜੇ ਮੈਂਬਰ ਹੈ ਇਹਨੇ ਗਰੀਬੀ ਵੇਖੀ ਹੈ ਪਿੰਡ ਦੇ ਦੁੱਖ ਦਰਦ ਕਿਹੜੇ ਹੰਡਾਏ ਹੈ ਇਹ ਨਾਮ ਚੱਲਣਾ ਵਕੀਲ ਦਾ ਚਾਹੋ ਚਾਲੀ ਬਣ ਗਏ ਪੇਟਾਂ ਜੀ ਕਹਿੰਦੇ ਆਏ ਹੋਏ ਹੈ ਤੇ ਚਰਚੇ ਹੋ ਗਏ ਮੇਰੇ ਮਿੱਤਰੋ ਪਲੇਅਰ ਬਣ ਕੇ ਯਾਰ ਬੇਲੀ ਸਾਰੇ ਮਾਣ ਕਰਦੇ ਤੇ ਚੰਗੇ ਗੁਣਾ ਬਿਨਾ ਨੀ ਕੋਈ ਜਿਹਨਾਂ ਮਾਮਾ ਦੇ ਪੁੱਤ ਖੇਡਦੇ ਨੇ ਆਕਾਸ਼ ਤੋਂ ਨਾਮ ਉੱਚਾ ਹੋਵੇ ਪੂਰੇ ਖਾਨਦਾਨ ਦਾ ਇਹ ਨਾਮ ਉੱਚਾ ਕਰੀ ਪੂਰੇ ਆਉਣੇ ਹੁੰਦੇ ਉਧਰ ਦੇ ਪਾਸੇ ਵੇਖਾਂਗੇ ਬਾਲ ਕਰੇ ਫੇਰ ਕਹਿੰਦੀ ਹੈ ਹੁਣ ਜਾ ਕੇ ਵਾਸੀਆਂ ਹੋਈਆਂ ਖੇਡ ਦੇ ਮੈਦਾਨ ਦੇ ਵਿੱਚ ਰਾਜ ਵੀ ਆਇਆ
ਸੈਮੀ ਜਾ ਕੇ ਆਪਣੀਆਂ ਬ੍ਰੇਕਾਂ ਲੱਗ ਰਹੀਆਂ, ਇੱਕੇ ਹੀ ਮੇਲਾ ਤੇ ਹੋਇਆ, ਜਦ ਰਿਕਾਰਡ ਬਣ ਗਏ ਨਾ ਇਹ ਗੱਲ ਬਣ ਜਾਣੀ ਹੈ। ਚਲ ਕੋਠੀ ਵਾਲੇ ਕਹਿੰਦੇ ਹੈ ਵੀ ਪਿੰਡ ਮੇਲਾ ਚੱਲਦਾ ਹੈ ਤੇ ਪਿੰਡਾਂ ਨੂੰ ਆਪਾਂ ਅੱਜ ਗਿਫਟ ਦੇਣਾ ਹੈ ਵੀ ਸਾਡੀ ਟੀਮ ਵੀ ਬੜੀ ਤਾਬੜੀ ਹੈ, ਇਹ ਮੇਲੇ ਤਾਂ ਹੁੰਦੇ ਹੈ ਦੋਵੇਂ ਟੀਮਾਂ ਹੀ ਢੋ ਤਾਬੜੀਆਂ ਬਣੀਆਂ ਹੋਈਆਂ ਨੇ, ਜੋ ਜਿੱਤੇ ਮਰਜ਼ੀ ਤੇ ਪਰ ਮੈਲ ਵਧੀਆ ਲੱਗਣਾ। ਗੱਲ ਪੱਕੀ ਹੈ ਸਲੀਮ ਦੀ ਟੱਕਰ ਤਰਤਾਲੀ ਬਣੇ ਜਿਹੜੇ ਖੇਡ ਦੇ ਮੈਦਾਨ ਦੇ ਵਿੱਚ ਤਰਤਾਲੀ ਤੇ ਛੇ ਉਰੰਜਾ ਹੋ ਗਏ ਜਿਹੜੇ, ਉਹ ਤਰਤਾਲੀ ਤੇ ਛੇ ਉਰੰਜਾ ਹੋ ਗਏ ਜਿਹੜੇ, ਜਿਹੜੇ ਮਿਸਤਰੀ ਨੇ ਪਿੱਚ ਬਣਾਈ ਜਾਂਦਾ ਤੇ ਵਾਟੀ ਜਿਹੜੀ ਕਮਾਲ ਕੀਤੀ ਹੈ ਪਿੱਛਲੇ ਮੈਚ ਦੇ ਵਿੱਚ ਉਹ ਗੱਲਾਂ ਹੋਈਆਂ ਜਿਹੜੀਆਂ ਚਰਚੇ ਹੋਏ ਹੈ, ਪਰ ਧਿਆਨ ਹੈ ਇਤਫਾਕ ਹੈ ਭਰਾਵਾਂ ਦਾ, ਦੱਸੋ ਜੀ ਕਿੰਨੇ ਤਿੰਨ ਓਵਰ ਉਣੰਜਾ ਹੋ ਗਏ ਜਿਹੜੇ, ਪਾਣੀ ਪੀਤਾ ਹੌਸਲਾ ਕੀਤਾ ਪਸੀਨਾ ਵੀ ਟਿਪ ਟਿਪ ਕਰਕੇ ਚੌੜਾ, ਸਿਰ ਤੋਂ ਲੈ ਕੇ ਪੈਰਾਂ ਤੱਕ ਪਸੀਨਾ ਚੌੜਾ ਮੁੰਡਿਆਂ ਨੇ, ਇਹ ਗੱਲਾਂ ਜਿਹੜੀ ਹੁੰਦੀਆਂ ਇਹਦੇ ਹਵਾ ਚੱਲਦੀ ਹੈ, ਖੁੱਲੀ ਜਗ੍ਹਾ ਹੈ, ਨਹੀਂ ਤੇ ਜੇ ਪਿੰਡ ਵਿੱਚ ਹੋਵੇ ਇਹ ਚਾਰੇ ਪਾਸੇ ਦੀਵਾਰਾਂ ਹੋਣ ਫਿਰ ਹਵਾ ਦਾ ਨੋਕਾ ਹਵਾ ਦਾ ਝੁੱਟੋ ਨਹੀਂ ਆਉਣਾ, ਗਰਮੀ ਲੱਗਣੀ ਸੀਗੀ ਇੱਥੇ ਫਿਰ ਵੀ ਠੀਕ ਹੈ, ਇੱਥੇ ਦਰਖਤਾਂ ਦੀ ਸ਼ਾਮ ਰਹੀ ਹੈ, ਉਸ ਸਾਹਮਣੇ ਖੱਬਾਂ ਬਰੀਕਲ ਪੱਕੀ ਹੈ, ਕੋਠੀ ਵਾਲੇ ਕਈ ਟੀਮਾਂ ਦੇ ਪਲੇਅਰਾਂ ਦੇ ਝੁੱਗੇ ਦੇ ਮੈਚੇ ਲੋਕੀ ਲੈ ਕੇ ਜਾਣਗੇ, ਔਰ ਕਈ ਟੀਮਾਂ ਦੇ ਪਲੇਅਰਾਂ ਦੇ ਝੁੱਗੇ ਦੇ ਔਰ ਮੈਚੇ ਲੈ ਕੇ ਜਾਣਗੇ, ਇਹ ਗੱਲ ਪੱਕੀ ਹੈ ਮੇਰੇ ਮਿੱਤਰੋ। ਸਾਹਮਣੇ ਬੂਟੇ ਦੇ ਛੱਕਾ ਮਾਰਦਾ ਹੈ, ਗੱਲ ਕਿਹੜੇ ਬਣ ਗਈ ਹੈ, ਚੌਥਾ ਓਵਰ ਹੈ, ਇੱਕ ਵਾਰੀ ਫੇਰ ਭੱਜ 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 ਭੱਜਦੇ ਵੀ ਭੱਜਦੇ ਥੋੜੇ ਹਾਣ ਮਿੱਤਰੋ, ਚੱਕਰੇ ਨੇ ਹਾਣੀਆਂ ਨੇ ਹਾਣ ਮਿੱਤਰੋ, ਰਾਣਾ ਖੇਡਾਂ ਵਿੱਚ ਗੱਲ ਲੱਖ ਲੱਖ ਦੀ ਬਾਲ ਚੈੱਕ ਕਰ ਲੈ ਫਿਰ ਕਿਹੜੇ ਸਿਰੇ ਦੀ ਹੈ, ਔਰ ਜਾਣ ਵਾਲੇ ਇਸ਼ਾਰੇ ਦੀ ਕਿਹੜੀ ਹੋ ਚੁੱਕੀ ਹੈ, ਕਿਹੜੇ ਕਿਹੜੇ ਮੈਦਾਨ ਦੇ ਵਿੱਚ ਹੈ, ਚਾਰੇ ਪਾਸੇ ਟੈਂਟ ਬੜੀਆਂ ਲੱਗਿਆ ਹੋਇਆ, ਰੰਗ ਬਿਰੰਗੇ ਝੰਡੇ ਝੂਲੇ ਹੈ, ਸੋਹਣਾ ਪ੍ਰਬੰਧ ਹੈ, ਗੁਰਦੁਆਰਾ ਸਾਹਿਬ ਲੰਗਰ ਬਾਰੇ ਸੋਹਣੇ ਪ੍ਰਬੰਧ ਕੀਤੇ ਗਏ ਹੈ, ਬੜੀਆਂ ਬੜੀਆਂ ਸਟਾਲਾਂ ਲੱਗੀਆਂ ਹੋਈਆਂ, ਗੋਲ ਗੱਪਿਆਂ ਵਾਲਾ ਬਰਗਰਾਂ ਵਾਲਾ ਭਰਾ ਪੁੱਜਿਆ ਹੋਇਆ, ਨਾਲ ਕਿਹੜੇ ਕੰਟੀਨ ਵਾਲੇ ਭਰਾ ਪੁੱਜੇ ਹੋਏ ਹੈ, ਮੇਲਾ ਯਾਰਾਂ ਦਾ ਚੱਲਦਾ ਕੋਠੀ ਦਾ ਆਇਆ ਵੀ ਹੋਣੇ ਹੋਣੇ ਹੈ, ਤੇ ਕੜੀ ਵੀ ਕਿਹੜੇ ਕਮਾਲ ਆਉਂਦਾ, ਆਇਆ ਵੀ ਹੋਣੇ ਹੋਣੇ ਹੈ, ਤੇ ਕੜੀ ਵੀ ਕਿਹੜੇ ਕਮਾਲ ਆਉਂਦਾ, ਚਰਚੇ ਹੋ ਗਏ ਜਿਹੜੇ ਲਓ ਸਾਹਮਣੇ, ਆਹ ਮੈਚ ਦੇ ਵਿੱਚ ਕਮਾਲ ਜਿਹੜੀ ਕਿਹੜੇ ਹੋ ਚੁੱਕੀ ਹੈ, ਵੀ ਮਾਈ ਆਪਣੀ ਆਹ ਮਾਸ ਬਣਾਵਾ ਬੋਲਣ ਦਾ ਇਹਨੂੰ ਢੰਗ ਸਿਖਾਵਾ,
ਨਹੀਂ ਤੇ ਚੜ ਚੁੱਕੀ ਚੰਦ ਵੇ ਨਾ ਪੂਰੀ ਕਰੂਗੀ ਹੁਣ ਨਵਜਾ ਕਰ ਦੂ ਬੰਦ ਵੇ ਇਹ ਤੇ ਨਵਜਾ ਬੰਦ ਕਰੀ ਤੁਰਿਆਉਣਾ ਰਾਜ ਵੀ ਆਇਆ ਇੱਕ ਛੱਕਾ ਹੋਰ ਵੱਜੂਗਾ ਇੱਕ ਛੱਕਾ ਹੋਰ ਵੱਜੂਗਾ ਇੱਕ ਛੱਕਾ ਹੋਰ ਇੱਕ ਛੱਕਾ ਹੋਰ ਇੱਕ ਛੱਕਾ ਹੋਰ ਪਰ ਦੱਸੋ ਜੀ ਕੀ ਹੈ ਸਿੰਗਲ ਹੀ ਆ ਸਿੰਗਲ ਸਿੰਗਲ ਓਵਰ ਜਾਂ ਬਾਲ ਹਜੇ ਬਾਕੀ ਹੈ ਚੱਕਰ ਵੇਖਣ ਯੋਗ ਹੈ ਖੇਡ ਦੇ ਕਿਹੜੇ ਮੈਦਾਨ ਦੇ ਵਿੱਚ ਸਾਹਮਣੇ ਵੇਖਾਂਗੇ ਆਪਾਂ ਬਾਲ ਫੇਰ ਸਾਰੇ ਜਿਹੜੇ ਕਿਹੜੇ ਹੋ ਚੁੱਕੇ ਹੈ ਔਰ ਮਿਰਗਾ ਤੇਰੇ ਅੰਦਰ ਕਸਤੂਰੀ ਹੁੰਦੀ ਹੈ ਹਰ ਕੰਮ ਲਈ ਮਿਹਨਤ ਬੜੀ ਜ਼ਰੂਰੀ ਹੁੰਦੀ ਹੈ ਮੋਮਬੱਤੀਆਂ ਦੇ ਕਦੇ ਕੜਾਹੇ ਭਿੱਜਦੇ ਨਹੀਂ ਹੁੰਦੇ ਆ ਸੂਰਜ ਕਦੇ ਕਣੀਆਂ ਦੇ ਵਿੱਚ ਉਹ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਕਣੀਆਂ ਦੇ ਵਿੱਚ ਉਹ ਭਿੱਜਦੇ ਨਹੀਂ ਹੁੰਦੇ ਹਵਾ ਦੇ ਵਿੱਚ ਹੈ ਪਰ ਬੱਲੇ 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 ਉਹ ਕਰਾਤੀ ਮੋਟੇ ਦੇ ਪਹਿਲਾਂ ਪਹਿਲਾਂ ਕਰਾਤੀ ਮੋਟੇ ਦੇ ਬਾਈਰ ਨੂੰ ਸੌ ਲੱਗੇ ਜਿਹੜਾ ਤਾੜੀਆਂ ਮਾਰੇ ਲੱਗੀ ਉਹਦੇ ਨਾਲ ਤੇ ਯੋਗ ਦੂਜੇ ਪਾਸੇ ਰਾਜ ਵੀ ਆ ਦੱਸੋ ਜੀ ਚਾਰ ਓਵਰ ਕਿੰਨੇ ਚਾਰ ਓਵਰ ਤੇ 74 ਹੋ ਗਏ ਜਿਹੜੇ ਚਾਰ ਓਵਰ ਤੇ 74 ਸਿਆਣੇ ਕਹਿੰਦੇ ਹੁੰਦੇ ਆ ਜੇ ਮਿਹਨਤ ਆਪਾਂ ਦਿਲ ਲਾ ਕੇ ਕਰੀਏ ਨਾ ਤੇ ਸਫਲਤਾ ਆਪਣੇ ਆਪ ਹੀ ਰੌਲਾ ਪਾ ਦਿੰਦੀ ਹੈ ਇਹ ਗੱਲ ਜਿਹੜੀ ਸੱਚ ਹੈ ਜਿਹੜੀਆਂ ਤਾਰਾਂ ਚੋਂ ਬਾਬੇ ਕਰੰਟ ਖਤਮ ਹੋ ਜਾਏ ਨਾ ਉਹ ਤਾਰਾਂ ਦੇ ਲੋਕ ਕੱਪੜੇ ਸੁਕਣੇ ਪਾਉਂਦੇ ਆ ਇਹ ਗੱਲ ਕਰੇ ਬਾਕੀ ਚਾਰ ਓਵਰ 74 ਹੋ ਗਏ ਜਿਹੜੇ 12 ਵਾਲਾ ਬਾਕੀ ਹੈ ਯਾਰ ਹੁਣ ਕਵਾੜਾਂਗੇ ਆਪਾਂ ਹੁਣ ਕਵਾ ਲੈਣੇ 12 ਵਾਲਾ 5 ਮਿੰਟ ਲੱਗਣਗੇ 5 ਮਿੰਟ ਦੇ ਵਿੱਚ ਬਾਲਾਂ ਪਵਾ ਲੈਣੀ ਆਪਾਂ ਬਾਲੋ ਬੜਾ ਕਈ ਬ੍ਰੇਕ ਨੀ ਲਾਉਣਾ ਆਪਾਂ ਲੈਣੇ ਪਕਾਉਣਾ ਗੱਡੀ ਬਾਅਦ ਚ ਮੈਂ ਕਿਹਾ ਵੀ 12 ਵਾਲਾ ਪਵਾ ਹੀ ਦੇਈਏ ਹੁਣ ਫਿਰ ਰੈਸਟ ਵੀ ਮਿਲ ਜਾਣਾ ਵਧੀਆ 5 ਮਿੰਟ ਦਾ ਲਾਓ ਸਾਹਮਣੇ ਲਾਓ ਖੱਲਣ ਲੱਗੇ ਦਿਖਾਣੇ ਖੇਡਦੇ ਮੈਦਾਨ ਚ ਕਿਹੜੇ ਸਵਾਲ ਵੱਖਰਾ ਇਧਰਲੇ ਪਾਸੇ ਵੇਖਾਂਗੇ ਆਪਾਂ ਬਾਲ ਕਿਹੜੇ ਪਹੁੰਚਣੀ ਹੁੰਡਾ ਕਿਹੜੇ ਫਿਰ ਰਾਜਿਆ ਕਿਹੜੇ ਫੜਿਆ ਹੋਇਆ ਮੈਂ ਪਹਿਲਾਂ ਗੱਲ ਕੀਤੀ ਵੀ ਪਹਿਲੇ ਵਿੱਚ ਬੂਟਾ ਨਹੀਂ ਆਇਆ ਔਰ ਦੁੱਖ ਦਰਦ ਕਿਹਦੇ ਹਟਾਇਆ ਦੇ ਪਿੰਡੇ ਦੇ ਔਰ ਰੁਕਾਵਟਾਂ ਮੁਸ਼ਕਲਾਂ ਪਰਿਵਾਰ ਦੇ ਬਹੁਤ ਵੱਡੀ ਮੁਸੀਬਤ ਪਈ ਹੈ ਪਰ ਮੁੰਡੇ ਨੇ ਕਿਹੜੇ ਹੌਸਲਾ ਕੀਤਾ ਜਿਗਰਾ ਕੀਤਾ ਲਓ ਸਾਹਮਣੇ ਵੇਖਾਂਗੇ ਆਪਾਂ ਔਰ ਚਰਚੇ ਕਿਹੜੇ ਹੋਏ ਹੈ ਪਾਲ ਪਾਉਣੀ ਰਾਜਲੀ ਵਾਲਾ ਮੁੰਡਾ ਵਾਰਿਆ ਹੋਇਆ ਇਧਰਲੇ ਪਾਸੇ ਚੜ ਕੋਠੀ ਵਾਲਾ ਚਰ ਕੋਠੀ ਵਾਲਾ ਬੂਟਾ ਹੁਣ ਟੱਕਿਆ ਗਿਆ ਖਿੱਚ ਕੇ ਚਲਾਵਾਂਗੇ ਬੈਟ ਆਪਾਂ ਔਰ ਅਭਿਮਨਿਉ ਕਹਿੰਦੇ ਚੌਂਟ ਤੁਰਿਆ ਭੁਜਿਆ ਹੋਇਆ ਔਰ MLA ਸਾਹਿਬ ਸਟੇਜ ਤੇ ਕਿਹੜੇ ਬਰਾਦਮਾਨ ਨੇ ਬਹੁਤ ਵੱਡਾ ਧੰਨਵਾਦ ਹੈ ਕਿ ਲੋਕੀ ਬਦਮਾਸ਼ੀ ਕਰਦੇ ਸਾਰੇ ਪੱਟਾਂ ਪੈਰ ਤੋਂ ਕਰਦੇ
ਕਿਸਰ ਨਹੀਂ ਮਾਰੀ ਦੀ ਨੰਬਰਦਾਰ ਸਰਪੰਚ ਪੁਲਸਰਾ ਨਹੀਂ ਵਿਗਾੜੀ ਦੀ ਨੰਬਰਦਾਰ ਸਰਪੰਚ ਪੁਲਸਰਾ ਨਹੀਂ ਵਿਗਾੜੀ ਦੀ ਲਓ ਸਾਹਮਣੇ ਬੈਠਾਂਗੇ ਆਪਾਂ ਚਾਰਾ ਵਾਲਾ ਬਾਕੀ ਜਿਹੜੀਆਂ ਮੁੰਡਾ ਪ੍ਰੀਤ ਤੇਰੇ ਪਿਆਰਾ ਮੇਰੇ ਮਿੱਤਰੋ ਰਾਜਵੀ ਵਾਲਾ ਬਣਿਆ ਹੋਇਆ ਕੈਨੇਡਾ ਦੇ ਵਿੱਚ ਮੈਂ ਦੱਸਿਆ ਵੀ ਕਰਦੇ ਮੇਲੇ ਤੇ ਇਹਨਾਂ ਪਰਿਵਾਰ ਵੱਲੋਂ ਵੱਡੇ ਵਾਲੇ ਚਲ ਕੋਠੀ ਪ੍ਰੀਤ ਬੂਟੇ ਨੂੰ ਤਾਰ ਮੰਗਦਾ ਭਰਾ ਫਿਰ ਚਰਚੇ ਹੁੰਦੇ ਆ ਇਹ ਅੰਦਰ ਦਾ ਟੋਪਰ ਹੈ ਸਹਾਰੇ ਨਹੀਂ ਲਏ ਅਸੀਂ ਘਾਟੇ ਨੇ ਖਾਦੇ ਤਾਂ ਵੀ ਘਾਟ ਕੋਈ ਨਾ ਜੋ ਠੱਗੀ ਸਜਣ ਲਾ ਗਏ ਇਹ ਚੁਰਾਰੇ ਨਹੀਂ ਪਏ ਤਾਂ ਫੇਰ ਪੈਂਦੀ ਹੈ ਫੇਰ ਜਾਣ ਪਹਿਚਾਣ ਕਰਾਵਾਂਗੇ ਜਿਹੜੀ ਮੈਂ ਕਹਿੰਦਾ ਅੰਮ੍ਰਿਤਾ ਬਲਜੀਤ ਆਹ ਰਤਬਾ ਕਰਾ ਦਿੰਦੇ ਫਿਰ ਠੀਕ ਹੈ ਜੀ ਹਾਂ ਕੋਈ ਨਾ ਆਹ ਰਤਬਾ ਕਰਾ ਦਿੰਦੇ ਫਿਰ ਆਪਾਂ ਵੋਟਰ ਵਾਲਾ ਬਾਕੀ ਰਹਿ ਗਈ ਹੈ ਕਿਉਂਕਿ ਸਮਾਂ ਪੂਰਾ ਹੋ ਰਹੀ ਹੈ ਇਲੈਕਸ਼ਨ ਦਾ ਟਾਈਮ ਹੈ ਔਰ ਵਿਸ਼ੇਸ਼ ਤੌਰ ਤੇ ਔਰ ਸ਼੍ਰੀਮਾਨ ਬਲਵਾਨ ਜੀ ਦੌਲਤਪੁਰ ਉਹਨਾਂ ਦੇ ਜਿਹੜੇ ਬੇਟਾ ਜੀ ਅਭਿਮਨਿਓ ਦੌਲਤਪੁਰ ਔਰ ਵਿਸ਼ੇਸ਼ ਤੌਰ ਤੇ ਜਿਹੜੇ ਆਏ ਹੈ ਰਾਜਨੀਤੀ ਦੇ ਵਿੱਚ ਬਹੁਤ ਲੈਣ ਚਲ ਕੋਠੀ ਵਾਲੇ ਮੁੰਡੇ ਆ ਜਾਣਗੇ ਜਿਹੜੇ ਗਰਾਊਂਡ ਦੇ ਵਿੱਚ ਔਰ ਟੀਮ ਰਾਜਨੀਤੀ ਜਿਹੜੇ ਖੜੀ ਹੈ ਆਹ ਬਾਲ ਤੋਂ ਬਾਅਦ ਕਹਿੰਦੇ ਜੀ ਆਹ ਬਾਲ ਤੋਂ ਬਾਅਦ ਦੋ ਭਈਏ ਦੋ ਕੀ ਹੋਇਆ ਬਾਬੂ ਕੋਈ ਨਾ ਲੈ ਲਓ ਕੋਈ ਨਾ ਯਾਰ ਉਹ ਤੁਹਾਡੇ ਦਾ ਫਾਇਦਾ ਸੀ ਉਹ ਮੇਨ ਬੈਟਸਮੈਨ ਹੈ ਲੋੜੀ ਨੀ ਪੈਣੀ ਕੋਈ ਚੱਕਰ ਹੀ ਨੀ ਉਹ ਕਹਿੰਦਾ ਚਿੰਤਾ ਨਾ ਕਰ ਚੱਕਰ ਹੀ ਨੀ ਸਾਹਮਣੇ ਦੇਖਾਂਗੇ ਆਪਾਂ ਸ਼ਸ਼ੀਤਾ ਨੇ ਰੇਵਨ ਦੀ ਰਸਮ ਕਰਕੇ ਕਰਵਾਵਾਂਗੇ ਸਟਾਰਟ ਔਰ ਚਾਰ ਚਾਰ ਹੁੰਦੇ ਔਰ ਭਾਜੀ ਲੈਣ ਕੋਲ ਦੋ ਟੀਮਾਂ ਨਾਲ ਪਾਣੀ ਪੂਣੀ ਪੀ ਲਾਂਗੇ ਆਪਾਂ 90 ਹੋ ਗਏ ਭਾਈ 5 ਓਵਰ ਆਜੋ ਸਖੀਦਾ ਮੇਰੀ ਬੇਨਤੀ ਤੇ ਕੋਠੀ ਵਾਲੇ ਮੁੰਡੇ ਆ ਜਾਣਗੇ ਲੈਣ ਪਾਵਾਂਗੇ ਆਪਾਂ ਹਲਕੇ ਹਲਕੇ ਮੁੰਡੇ ਦਾ ਦਿੱਤਾ ਜਾ ਕੇ ਜੇ ਵੀ ਲੈ ਉਸ ਤੋਂ ਬਾਅਦ ਇੱਕ ਓਵਰ ਰਹਿ ਗਿਆ ਤੇ ਲੜਾਂਗੇ ਮੁਕਾਬਲਾ 10 ਵਜੇ ਸਕੋਰ ਕਿੰਨੇ ਜੀ 5 ਓਵਰ 90 5 ਓਵਰ ਦੇ 90 ਹੋ ਗਏ ਜਿਹੜੇ
ਔਰ ਸ਼੍ਰੀਮਾਨ ਬਲਵਾਨ ਜੀ ਟੌਟਪੁਰ ਐਮਐਲਏ ਔਰ ਉਹਨਾਂ ਦੇ ਜਿਹੜੇ ਬੇਟਾ ਜੀ ਟੌਟਪੁਰ ਨਾਮ ਪੂਰੀ ਪਿੰਡ ਮੰਡਲੀ ਬਾਰੀ ਲੈਣ ਬੜੀ ਲੈਣ ਨੇ ਪਾਣੀ ਪੀ ਲਿਆ ਪਹਿਲਾ ਸੈਮੀ ਫਾਈਨਲ ਚਲੀ ਜਾਂਦਾ ਜਿਹੜਾ ਮੁੰਡਿਆਂ ਦਾ ਇੱਕ ਪਾਸੇ ਟੀਮ ਆ ਰਾਜਣੀ ਦੂਸਰੇ ਪਾਸੇ ਟੀਮ ਆ ਜਿਹੜੀ ਚੰਦ ਕੋਠੀ ਉਹ ਬਈ ਆ ਜਾ ਕਰੋ ਨਾ ਯਾਰ ਕਿਆ ਬਾਤ ਹੈ ਯਾਰ ਬਹੁਤ ਪਿਆਰੀ ਸ਼ਹੀਦ ਹੈ ਔਰ ਜਦੋਂ ਵੀ ਜਿਹੜੇ ਸ਼੍ਰੀਮਾਨ ਬਲਵਾਨ ਦੌਲਤਪੁਰ ਦੀ ਜਿਹੜੀ ਗੱਲ ਚੱਲੀ ਹੈ ਪਹਿਲੀ ਦੇ ਵਿੱਚ ਨਾਮ ਕਮਾਇਆ ਉਹਨਾਂ ਨੇ ਹੁਣ ਦੇ ਜਿਹੜੇ ਬੇਟਾ ਜੀ ਜਿਹੜੇ ਪਹੁੰਚੇ ਹੋਏ ਹੈ ਰੇਓ ਦੀ ਰਸਮ ਅਦਾ ਕੀਤੀ ਜਾ ਰਹੀ ਹੈ ਜਾਣ ਪਹਿਚਾਣ ਕੀਤੀ ਜਾ ਰਹੀ ਜਿਹੜੀ ਇੱਕ ਪਾਸੇ ਚੰਦ ਕੋਠੀ ਹੈ ਦੂਸਰੇ ਪਾਸੇ ਟੀਮ ਰਾਜਵੀ ਹੈ ਬਹੁਤ ਬਹੁਤ ਧੰਨਵਾਦ ਹੈ ਸ਼ਹੀਦਾਂ ਦਾ ਬਸ ਇਹਨੂੰ ਤਾਂ ਇਹਨਾਂ ਕਹਿ ਕੂ ਕੇ ਓਵਰ ਹੋਰ ਦਵਾਵਾਂਗੇ ਸਿੱਕਾ ਆਇਆ ਸੀ ਪਰ ਮੈਂ ਕਿਹਾ ਟੱਪ ਕਿਵੇਂ ਗਈ ਆ ਛੇ ਵਾਲਾ ਜੀ ਇਹਨੇ ਪੰਜ ਛੇ ਕਿਤੇ ਮਾਰੇ ਤੇਰੇ ਇਹਨੇ ਮਾਰੇ ਪੰਜ ਛੇ ਸਾਡੇ ਕੋਲ ਨਾ ਅਭੀ ਆਇਆ ਨੀ ਬਈ ਗੋਲੂ ਇੱਕ ਵਾਰ ਤੋਂ ਫੇਰ ਬਹੁਤ ਬਹੁਤ ਧੰਨਵਾਦ ਇੱਥੇ ਪਹੁੰਚਦੇ ਜੀ ਨੂੰ ਆਖਾਂਗੇ ਆਪਾਂ ਸਮਾਂ ਵੀ ਜਿਹੜੀ ਇਲੈਕਸ਼ਨ ਦਾ ਟਾਈਮ ਜਿਹੜਾ ਬਹੁਤ ਕੀਮਤੀ ਹੈ ਬਹੁਤ ਵੱਡਾ ਧੰਨਵਾਦ ਕਰਾਂਗੇ ਇੱਥੇ ਪਹੁੰਚਣ ਦੀ ਵੱਡੀ ਭਰਵੀ ਹਾਜ਼ਰੀ ਔਰ ਬਹੁਤ ਸਤਿਕਾਰ ਸ਼ਹੀਦਾਂ ਬਹੁਤ ਸਾਰਾ ਮਾਣ ਜਿਹੜਾ ਬਾਬੂ ਏਰੀਆ ਸਭ ਤੋਂ ਨਰਮ ਪਲੇਅਰ ਹੈ ਖਰਚਾ ਖੁਰਚਾ ਨੀ ਲਾਉਂਦਾ ਕਹਿੰਦਾ ਯਾਰ ਸਰੀਰ ਤੇ ਤੇਰਾ ਕੀ ਜਾਂਦਾ ਬਾਬੂ ਦਾ ਥੋੜੀ ਜਿਹੜੀ ਜਿੱਤੂ ਜੀ ਸਾਡੇ ਨਾਲ ਫਾਈਨਲ ਹੋਊਗਾ ਬਈ ਉਹਨਾਂ ਦਾ ਚਨਕੋਟੀ ਵਾਲੇ ਵੀ ਕਹਿੰਦੇ ਤੁਹਾਨੂੰ ਵੀ ਸਿੱਧਾ ਫਾਈਨਲ ਖੜਾਵਾਂਗੇ ਨਾਗਪੁਰ ਵਾਲੇ ਨੂੰ
ਟੀਮ ਆ ਗਈ ਫਿਰਕੇ ਦੀ ਉਹ ਜਿੱਥੇ ਮੀਂਹ ਆਇਆ ਸੀ ਨਾ ਉੱਥੇ ਤੁਹਾਡਾ ਹੀ ਪੂਲ ਕਲੀਅਰ ਹੋਇਆ ਬੜਾ ਤਗੜਾ ਲੱਗਣਾ ਜਿਹੜਾ ਪਰ ਇਹਦਾ ਕੋਈ ਧੋਨੀ ਅੱਜ ਸਮੇਂ ਦੇ ਵਿੱਚ ਇਹਦਾ ਕੋਈ ਫਲ ਨੀ ਅੱਜ ਦੇ ਟਾਈਮ ਦੇ ਵਿੱਚ ਇਹ ਮਾਂ ਵੀ ਰਹਿ ਗਏ ਆਉਣ ਵਾਲੇ ਸਮੇਂ ਦਾ ਵਕੀਲ ਹੈ ਮੇਰੇ ਮਿੱਤਰੋ ਬਾਬੂ ਆ ਕੇ ਭੱਜਿਆ ਫਿਰਦਾ ਇਹ ਵਕੀਲ ਵਾਟਾ ਫੜਦੇ ਤੁਸੀਂ ਫਾਈਨਲ ਚ ਸਿੱਧਾ ਹੀ ਕਹਿੰਦੇ ਵੀ ਆਪਾਂ ਵੀ ਔਰ ਕਰਾਂਗੇ ਇੱਕ ਪਾਸਾ ਆਪਾਂ ਵੀ ਖੇਡ ਉਠਾਵਾਂਗੇ ਫੇਰ ਪਈ ਹੈ ਆਓ ਤਾਹੀ ਵੱਡੀ ਹੈ ਇਧਰਲੇ ਪਾਸੇ ਸਿਮਰ ਕਰਾ ਦਿੱਤਾ ਸੁਣਾ ਜਾਂਦਾ ਸਿੰਗਲ ਦੇ ਨਾਲ ਦੂਜਾ 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 ਪਰ ਫਿਰ ਦਾ ਕਿਹੜੀ ਪਾਤਰ ਹੋਇਆ ਬਾਂਹ ਵੀ ਕਿਹੜੇ ਆਊ ਦੂਜੇ ਪਾਸ ਹੈ ਨੈਕਸਟ ਬੋਲੀ ਬਾਹਰ ਕਿਹੜੇ ਆ ਜਾਵੇ ਥੱਕਣਾ ਥੱਕਣਾ ਬਾਲ ਵੈਸੇ ਡੈਡ ਹੋ ਜਾਣੀ ਸੀ ਲਾ ਦਿੰਦਾ ਹਾਂ ਹਾਂ ਤੁਸੀਂ ਤਾਂ ਫਾਈਨਲ ਖੇਡੋਗੇ ਪਰ ਹੁਣ ਮੁੜ ਕੇ ਗਿਆ ਹੀ ਨੀ ਗਿਆ ਚੰਡੀਗੜ੍ਹ ਹੈ ਪਰ ਉਹਨੂੰ ਚੰਡੀਗੜ੍ਹ ਹੋਣਾ ਮੈਂ ਚਣਕੋਟੀ ਦਾ ਟੂਰਨਾਮੈਂਟ ਖੇਡਦੇ ਜਿਹਨੂੰ ਲੱਭਦੇ ਨੀ ਉਰੇ ਕਰ ਗਿਆ ਇੱਕ ਪਾਸੇ ਮੇਰੇ ਮਿੱਤਰ ਬਣਾ ਗਿਆ ਇਹਦੇ ਕਿਹੜੇ ਸਿਰਜ ਲੈ ਗਿਆ ਪ੍ਰੀਤ ਦਾ ਗੱਡੂ ਸਾਡੀ ਇੱਕ ਹਾਲਾ ਲੈ ਵੀ ਸਿਮਰ ਹੈ ਕਿਹੜੇ ਮੁੰਡੇ ਰੇਚ ਰਹੇ ਨਾ ਆ ਕੀ ਵੱਜਿਆ ਹੁਣ ਇਹਦੇ ਕੋਈ ਸ਼ੱਕ ਨਹੀਂ ਹੈ ਇੱਕ ਦੋ ਹੋ ਗਏ ਬਹੁਤ ਤਗੜੀ ਬੈਟਿੰਗ ਹੈ ਔਰ ਜਿਹਦੇ ਸਾਰੇ ਭਾਵੇਂ ਅੱਜ ਅੱਜ ਦੇ ਦਿਨ ਕਿਹੜੇ ਤਗੜਾ ਖੇਡਿਆ ਮੁੰਡਾ ਔਰ ਆਮ ਤੌਰ ਤੇ ਜਿੱਤ ਕਿਹੜੇ ਆਉਤ ਹੋਈ ਹੈ ਹੋਰ ਜਾ ਕੇ ਫਲ ਪਈ ਹੈ ਮੈਂ ਵੀ ਦੱਸੋ ਨੀ ਕਿੰਨੇ ਬਣ ਗਏ ਸਕੋਰ 102 ਹੋ ਗਏ ਜਿਹੜੇ ਲਾਸਟ ਬਾਲ ਹੈ ਉਧਰ ਕਹਿੰਦੇ ਛੋਟਾ ਰਵੀ ਨੂਰਪੁਰ ਵੇਟ ਫਿਰਦਾ ਸਿੱਕਾ ਹੀ ਮਾਰ ਕੇ ਤੂੰ ਕੋਈ ਕਰਦਾ ਨਾ ਕਰਦੇ ਮਾਣ ਵਾਲੀ ਗੱਲ ਕਹਿੰਦਾ ਪਾਰੂਲ ਕਹਿੰਦਾ ਮੈਂ 85 ਮਾਰੇ ਕੱਲ ਮੋਢੇ ਹੋਏ ਸਰਸੋਂ ਦਾ ਰੇਟ 5371 ਰੁਪਏ ਚੱਲੀ ਜਾਂਦਾ ਇੱਥੇ ਲਾਈਵ ਕਰਦੇ ਬਾਈ ਜੀ ਸਰਸੋਂ ਦਾ ਰੇਟ 5371 ਰੁਪਏ ਚੱਲੀ ਜਾਂਦਾ
ਕਿਸੇ ਨੇ ਵੇਚਣੀ ਹੋਵੇ ਤਾਂ ਸੰਪਰਕ ਕਰੋ। ਮੈਂ ਤਾਂ ਨਹੀਂ ਕਹਿੰਦਾ, ਮੰਡੀ ਵਾਲੇ ਬਾਹਰ ਰਹੇ ਨੇ ਇੱਧਰ ਉੱਤੇ, ਕਹਿੰਦੇ ਹੀ ਹੁੰਦੇ ਨੇ ਇਹ। ਸਕੋਰ ਹੀ ਬੜਾ ਬਣਨ ਲੱਗ ਗਿਆ ਯਾਰ, ਵਿਚਾਰੇ ਕਰੰਤ ਮਾਰ ਗਈ ਯਾਰ। ਕੀ ਲੱਗਦਾ ਤੈਨੂੰ? ਗਵਾਰ 5524, ਚਣਾ 6450, ਅਰਿੰਡੀ 5275। ਗੋਲੂ ਨੇ ਮਾਰੇ ਬਾਈ ਜੇ, ਗੋਲੂ ਨੂੰ ਮੈਂ ਪਿੰਡ ਇੱਕ ਦੋ ਵਾਰੀ ਮੰਨ ਲਾ 50 ਮੈਚ ਦੋ ਚਿੱਕੇ ਮਾਰਦੇ, ਕਹਿੰਦੀ ਤਾਂ ਉਦੋਂ ਹੀ ਮੁੜ ਜਾਂਦਾ ਬੇਚਾਰਾ ਬੰਦਾ ਹੀ ਬਹੁਤ।
ਬਰਵਾਲਾ ਕਹਿੰਦੇ ਹਿਸਾਰ ਫਾਂਸੀ ਆਹ ਮੁੰਡਾ ਉਸ ਇਲਾਕੇ ਵਿੱਚੋਂ ਚੱਲ ਕੇ ਆਇਆ ਹੈ ਜਿੱਥੋਂ ਦੇ ਕਹਿੰਦੇ ਬਲਦ ਬੜੇ ਪ੍ਰਸਿੱਧ ਕਹਿੰਦੇ ਹੋਏ ਹੈ ਬਾਬੂ ਰਜਬ ਅਲੀ ਖਾਨ ਨੇ ਬਲਦਾਂ ਦੀ ਗੱਲ ਔਰ ਜਿਹੜੀ ਕਹਿੰਦੇ ਕੀਤੀ ਹੈ ਹਿਸਾਰ ਦੇ ਔਰ ਉਹਨੇ ਉਸ ਇਲਾਕੇ ਦੇ ਵਿੱਚੋਂ ਚੱਲ ਕੇ ਆਹ ਮੁੰਡਾ ਕਹਿੰਦੇ ਆਇਆ ਹੈ ਦੂਸਰੇ ਪਾਸੇ ਕਹਿੰਦੇ ਬਾਬੂ ਮੋਸੇ ਲਈ ਪਿੜਦਾ ਤੇ ਕੋਠੀ ਦਾ ਕਹਿੰਦੇ ਪੁੱਤ ਬਣ ਖੇਡਦਾ ਫੈਮਿਲੀ ਪਲੇਅਰ ਹੈ ਦੁਆਰ ਪਿੰਡਾਂ ਦਾ ਮੁੰਡਾ ਔਰ ਪੀਰ ਬਾਬਾ ਖੈਰ ਦੀ ਜੀ ਮਹਾਰਾਜ ਹੈ ਉਹਦੀ ਮੇਰ ਹੈ ਕਿਹੜੇ ਆ ਫਕਰ ਦੇ ਮੁੰਡੇ ਤੇ ਔਰ ਸਾਈਆਂ ਦੇ ਜਾਦਾ ਮੁੰਡਾ ਤੇ ਚਰਚੇ ਕਿਹੜੇ ਹੁੰਦੇ ਹੈ ਔਰ ਵੇਖਾਂਗੇ ਪਹਿਲੀ ਵਾਰ ਪੌਂਦਰੀ ਬਾਬੂ ਕਿਹੜੇ ਫੜਿਆ ਹੋਇਆ ਤੇ ਪਹਿਲੀ ਵਾਰ ਤੇ ਸੁਨੀਮ ਨੇ ਟਾਈ ਵੱਡੀ ਕੀਤੀ ਹੈ ਔਰ ਬਾਬੂ ਕਿਹੜੇ ਸੈਲ ਕਰਦਾ ਨੌਜਵਾਨ ਔਰ ਵੇਖਾਂਗੇ ਆਪਾਂ ਔਰ ਸਿੰਗਲ ਦੇ ਵਾਅਦੇ ਕਿਹੜੇ ਹੋ ਚੁੱਕੇ ਹੈ ਸਿੰਗਲ ਦੇ ਨਾਲ ਸੰਤੁਸ਼ਟੀ ਕਿਹੜੇ ਕਰਨੀ ਪੈਣੀ ਹੈ ਜਗਦੀਪ ਮੁੰਡਾ ਤਿਆਰ ਦਾ ਤਿਆਰ ਹੈ ਬਾਈ ਇੱਥੇ ਬੰਦਾ ਨਹੀਂ ਆਇਆ ਜੇ ਗਲਤੀ ਹੋ ਗਈ ਜਿੰਨੇ ਨਾ ਸਕੋਰ ਬੋਲਦੇ ਉਨੇ ਰਹਿਣਗੇ ਫਿਰ ਕਮਾਲ ਹੋ ਗਈ ਯਾਰ ਲਓ ਸਾਹਮਣੇ ਦੇਖਾਂਗੇ ਦੌੜ ਦੌੜ ਇਸ਼ਾਰੇ ਵੀ ਕਿਹੜੇ ਹੋ ਚੁੱਕੇ ਹੈ ਬਾਬੂ ਕਿਹੜੇ ਬਾਲ ਕਿਹੜੇ ਪੌਲੀ ਫੇਰ ਤਿਆਰ ਹੈ ਮੈਂ ਵੀ ਰਾਜਵੀ ਦਾ ਹੋਣਾ ਪੈਣਾ ਤਗੜਾ ਵਾਹ ਹੋਈ ਮਿੱਤਰਾ ਪਹਿਲਾ ਓਵਰ ਬੜਾ ਤੌਮੜਾ ਬੜੀ ਟਿਕਾਣੇ ਦੀ ਬਾਲ ਜਿਹੜੀ ਪਈ ਹੈ ਸਿੰਗਲ ਨੇ ਬਾਂਧੇ ਕਿਹੜੇ ਹੋ ਚੁੱਕੇ ਹੈ ਚਰਚੇ ਕਰਾਉਂਦੇ ਮੁੰਡਿਆਂ ਨੇ ਆਹ ਕਿਹੜੇ ਗਰਾਊਂਡ ਦੇ ਵਿੱਚ ਪਹਿਲਾਂ ਪਹਿਲਾਂ ਕਰਾਉਂਦੀ ਮੁੰਡਿਆਂ ਨੇ ਆਹ ਕਿਹੜੇ ਗਰਾਊਂਡ ਦੇ ਵਿੱਚ ਇਹਦੇ ਪਾਪਾ ਦੀ ਰਿਟਾਇਰ ਫੌਜੀ ਨੇ ਆਹ ਮੁੰਡੇ ਦਾ ਕਿਹੜੇ ਸ਼ੇਕਾ ਚੱਲਦਾ ਆਹ ਗਰਾਊਂਡਾਂ ਦੇ ਵਿੱਚ ਇਹ ਦੋ ਵੀਰ ਹੈ ਇਹ ਦੋਵਾਂ ਦੀ ਚੜ੍ਹਾਈ ਅਦਰੀ ਹੈ ਔਰ ਵੇਖਾਂਗੇ ਆਪਾਂ ਸਿੰਗਲ ਦੇ ਕਿਹੜੇ ਵਾਧੇ ਕਿਹੜੇ ਹੋਏ ਹੈ ਔਰ ਗੱਲਾਂ ਲੱਗ ਗਈਆਂ ਕਹਿੰਦੇ ਲਓ ਸਾਹਮਣੇ ਵੇਖਾਂਗੇ ਆਪਾਂ ਬਾਲ ਕਿਹੜੇ ਪਾਉਣੀ ਫੇਰ ਬਾਬੂ ਦੇ ਪਾਸੇ ਪਿਆਰ ਤੇ ਤਰਾਈ ਵੱਡੀ ਹੁਣ ਜਾ ਕੇ ਸੰਪਰਕ ਹੋਇਆ ਪੈਰ ਤੇ ਬਾਲਾ ਛੱਕਾ ਕਿਹੜੇ ਕਮਾਲਾ ਵਜਿਆ ਤੇ ਸਵਾਲ ਬੱਕਰਾ ਜਿਹੜਾ ਸਾਡੇ ਕਿਹੜੇ ਵੱਡੇ ਮੇਰੇ ਤੇ ਗੱਭਰੂ ਦੇਸ਼ ਮਿਲਦੇ ਸੋਹਣੇ ਚੌੜੀਆਂ ਫਿੱਕਰ ਤੇ ਮਨਮੋਹਣੇ ਆਗੇ ਵਿੱਚ ਮਡਾਨਾ ਦੇ ਦੇਖਣ ਵਾਲੇ ਹੁੰਦੇ ਦੋਸਤੋ ਜਹਰ ਜਵਾਨਾਂ ਨੇ ਜਹਰ ਜਵਾਨਾਂ ਨੇ ਜਹਰ ਜਵਾਨਾਂ ਨੇ ਦੋ ਛੱਕੇ ਵੱਜ ਗਏ ਤੇ ਤੇਰਾ ਛੱਕੇ ਰਹਿ ਗਏ ਹੁਣ ਆਹ ਦੋ ਛੱਕੇ ਵੱਜ ਗਏ ਤੇਰਾ ਛੱਕੇ ਚਾਹੀਦੇ ਆ ਆਹ ਜਿੱਤਣ ਦੇ ਲਈ ਮਿਹਨਤਾਂ ਦੇ ਨਾਲ ਜੋ ਸਰਕਾਰ ਬਣਦੇ ਬਹੁਤਿਆਂ ਦਿਲਾਂ ਤੇ ਨਹੀਂ ਆਉ ਰਾਣ ਕਰਦੇ ਅਸੀਂ ਕਿੰਨੇ ਪਾਣੀ ਵਿੱਚ ਸਾਨੂੰ ਜਾਣ ਦਾ ਕੁੱਲ ਜਹਾਨ ਹੈ ਗੋਲ ਗੱਪੇ ਖਾ ਕੇ ਨਹੀਂ ਆਉ ਜਿੱਤੀ ਰਹੇ ਮਰਾਣਾ ਮਿਹਨਤਾਂ ਦੇ ਨਾਲ ਆਹ ਜਿੱਤੇ ਜਾਂਦੇ ਆ ਮਰਾਣਾ ਲਓ ਸਾਹਮਣੇ ਔਰ ਸਿੰਗਲ ਦੇ ਬਾੜੇ ਨਹੀਂ ਬਾਹਰ ਜਾਂਦਾ ਹੈ ਔਰ ਸਮਾਪਤ ਤੇ ਇੱਕ ਵਾਰ ਬਾਕੀ ਹੈ ਜੀ ਔਰ ਸਮਾਪਤ ਹੈ ਇੱਕ ਉਹਦੇ ਪਹਿਲਾਂ ਚੌੜਾ ਇੱਕ ਉਹਦੇ ਚੌੜਾ ਹੋ ਗਏ ਜਿਹੜੇ ਤੀਹ ਬਾਲਾ ਬਾਕੀ ਹੈ ਸ਼ਾਬਾਸ਼ ਸ਼ਾਬਾਸ਼ ਕੋਈ ਬਾਤ ਬਣੀ 30 ਬਾਲਰ 13 ਛੱਕੇ ਬਣੇ ਹੁੰਦਾ ਕਿ ਦੇਖੋ ਜੀ ਬੈਟ ਚੱਲਦਾ ਹੈ ਔਰ ਕਰਨੇ ਦੋ ਛੱਕੇ ਮਾਰਨੇ ਯਾਰ ਚੱਲ 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 ਬੈਲੇ 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 ਬੈਲੇ
ਹਾਰ ਕੇ ਅੱਜ ਕਦੇ ਡਰਾਪ ਹੋਇਆ ਸਿੰਗਲ ਹੋਇਆ 15 ਹੋ ਗਏ ਜਿਹੜੇ ਚੱਲ ਕੋਟੀਆਂ ਗਲਤੀਆਂ ਤੇ ਕਾਬੂ ਕਰਨਾ ਪੈਣਾ ਹੈ ਆ ਗਲਤੀਆਂ ਤੇ ਜਿਹੜੇ ਪਰਹੇਜ ਕਰਨਾ ਪੈਣਾ ਹੈ ਸਲੀਮ ਕਿਹੜੇ ਤਿਆਰ ਬੋਟੇ ਦੀਆਂ ਬਾਲਾਂ ਜਿਹੜੀਆਂ ਕਿਹੜੇ ਪੈਂਦੀਆਂ ਗਰਾਊਂਡ ਦੇ ਵਿੱਚ ਚੰਦੋ ਗੱਲਾਂ ਪਿੰਡ ਪਹਿਲਾ ਸੈਮੀ ਫਾਈਨਲ ਫਾਈਨਲ ਡੇ ਕਿਹੜੇ ਖੇਡਾ ਜਾ ਰਿਹਾ 25,000 15,000 ਇੱਕ ਬਾਹਰ ਕਿਹੜੇ ਵੱਡਾ ਮੇਲਾ ਯੱਦੀ ਮੇਲਾ ਕਹਿ ਸਕਦੇ ਆਪਾਂ ਕੋਈ ਸਮਾਂ ਰਿਹਾ ਕਬੱਡੀ ਦੇ ਵੱਡੇ ਵੱਡੇ ਮੇਲੇ ਹੁੰਦੇ ਰਹੇ ਹੈ ਆਹ ਪਿੰਡਾਂ ਦੇ ਵਿੱਚ ਇਹ ਲੋਕ ਗੱਲਾਂ ਕਰਦੇ ਹੈ ਇਹ ਸਿਆਣੇ ਗੱਲਾਂ ਕਰਦੇ ਹੈ ਕੋਈ ਟਾਈਮ ਰਿਹਾ ਇਹ ਤੁਰਤੀ ਬੋਲਦੀ ਰਹੀ ਹੈ ਜਿਹੜੇ ਪਿੰਡਾਂ ਦੀ ਪਰ ਕਾਸਟ ਦੇ ਵਿੱਚ ਹਰ ਮੁੰਡੇ ਦਾ ਸ਼ਿਕਾ ਚੱਲਦਾ ਆਹ ਸਾਹਮਣੇ ਮੁੰਡਾ ਰਾਜੀ ਦਾ ਕਿਹੜੇ ਤਿਆਰ ਹੈ ਉਹਦੇ ਨਾਲ ਕੁਝ ਹੋਣਾ ਚਾਲੀ ਮੈਚ ਦੇ ਵਿੱਚ ਚੱਲ ਕੋਠੀ ਦਾ ਕਿਹੜੇ ਬੂਟਾ ਮੁੰਡਾ ਸੰਧੂ ਕੁਲਾਰ ਦਾ ਨਿੱਕਾ ਨਾਲ ਬੋਲ ਲਈ ਕਿਹੜੇ ਤਿਆਰ ਹੈ ਆਤੇ ਹਵਾ ਦੇ ਨਾਲ ਹੀ ਛੱਕਾ ਬਣ ਗਿਆ ਚੱਪੋਰੀ ਵਾਲ ਵੱਡੇ ਵੀਰੇ ਗੱਲ ਬਣ ਜਾਣੀ ਹੈ ਚੱਪੋਰੀ ਵਾਲ ਵੱਡੇ ਵੀਰੇ ਹਰ ਗੱਲ ਬਣ ਜਾਣੀ ਹੈ ਬਾਕੀ ਹੈ ਚੌਂਤੀ ਤੇ ਛੇ ਚਾਲੀ ਚਾਲੀ ਤੇ ਸੱਤ ਸੌ ਤੇ ਤਿੰਨ ਇੱਕ ਸੌ ਤਿੰਨ ਮੈਨੂੰ ਲੱਗਦਾ ਹੁਣ ਜਿਹੜੇ ਰਹਿ ਗਏ 69 ਜਿੱਤਣ ਦੇ ਲਈ ਆਰ 44-69 ਰਹਿ ਗਏ ਹੈ ਆਰ ਜਿੱਤਣ ਲਈ ਚਾਲਾ ਮੁਕਾਬਲਾ ਟੱਕਰ ਚੱਕਰ ਵੇਖਣ ਵਾਲੀ ਹੋਣੀ ਹੈ ਵੱਡਾ ਪਾਮੂ ਕਿਹੜੇ ਮਾਰ ਪਾਉਣ ਲਈ ਫਿਰ ਤਿਆਰ ਹੈ ਬੈਟ ਬੜਾ ਸਿਰ ਨਾਲ ਲੱਗਿਆ ਹੋਇਆ ਹੈ ਆਹ ਗਰਾਊਂਡ ਦੇ ਵਿੱਚ ਵੀ 2-4 ਹੋਣ ਪਰ ਹੁਣ ਚੱਜਦੇ ਗਿਣਤੀ ਵਧਾ ਕੇ ਕਿਹੜਾ ਬੋਲ ਜੋੜਨੀ ਔਖੇ ਵੇਲੇ ਦੇ ਕਿਹੜੇ ਕੰਮ ਆਏ ਨਾ ਸ਼ਟ ਗੁਰਦਾਸ ਹੈ ਆਹ ਲੀਡਾਂ ਦੀ ਕੀ ਲੋੜ ਨਹੀਂ ਕਿ ਸੰਧੂਆਂ ਪਹੁੰਚੇ ਤਾਂ ਕਿਸਕ ਜਾਂਦੇ ਹੈ ਜਦ ਵਾ ਮੁਸੀਬਤਾਂ ਦਾ ਭਾਰ ਗਿਰਦਾ ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਹੈ ਆਹ ਦਿਲ ਦੇ ਭਲੇ ਤੇ ਜੱਟ ਆਹ ਲਿਖੀ ਫਿਰਦਾ ਇੱਥੇ ਰਾਖਾ ਸਲੀਮ ਕਿਹੜੇ ਆਊਟ ਹੈ ਨੈਸ਼ਨਲ ਦੇ ਬਾਹਰ ਜਿਹੜਾ ਕਿਹੜੇ ਆ ਰਵੇ ਅਭੀ ਵੀ ਦੁਬਾਰਾ ਕਾਫੀ ਅੱਛਾ ਤਕੜਾ ਕੈਚ ਕਰਨਾ ਚਾਹੀਦੇ ਹੈ ਕੀਪਰ ਲਿਆ ਵਾ ਇਹੀ ਕਹਿੰਦਾ ਸੀ 23-12 ਰਹਿ ਗਏ ਜਿੱਤਣ ਦੇ ਲਈ 11.5 ਛੱਕੇ ਚਾਹੀਦੇ 30 ਬਾਲਾਂ ਦੇ ਵਿੱਚ ਬਾਲ ਫਿਰ ਬਾਬੂ ਦੀ ਕਿਹੜੀ ਪੈਂਦੀ ਹੈ ਇਧਰਲੇ ਪਾਸੇ ਦੇਖਾਂਗੇ ਆਪਾਂ
ਯਾਰ ਵਾਈਡ ਬਾਲ ਤਾਂ ਨੀਚੀ ਹੈ ਇਸ ਵਿਕਟਾ ਬਾਲ ਹੈ ਬਾਈ ਵਿਕਟਾ ਤਾਂ ਨੀਚੀ ਬਾਲ ਹੈ ਬੋਲਡ ਨਹੀਂ ਹੋ ਜਾਏ ਵਾਈਡ ਨਹੀਂ ਹੋਈ ਤੋ ਬਾਈ ਯਾਰ ਤੈਨੂੰ ਦਿੱਤੀ ਸਿੰਗਲ ਦੇ ਕਰੇ ਵਾਧੇ ਹੈ ਆਰ ਵੀ ਦੋ ਚਾਰ ਹੋਣ ਪਰ ਹੁਣ ਚੱਜਦੇ ਗਿਣਤੀ ਵਧਾ ਕੇ ਕਿਹੜਾ ਤੋੜ ਜੋੜ ਨਹੀਂ ਔਖੇ ਵੇਲੇ ਦੇ ਕਦੇ ਕੰਮ ਆਏ ਨਾ ਛੱਡ ਗੁਰਦਾਸ ਹੈ ਆ ਲੀਰਾਂ ਦੀ ਕੀ ਲੋੜ ਨਹੀਂ ਕਿ ਸੰਧੂਆ ਪਹੁੰਚ ਦਾ ਖਿਸਕ ਜਾਂਦੇ ਹੈ ਜਲਵਾ ਮੁਸੀਬਤਾਂ ਦੇ ਭਾਰ ਗਿਰਦਾ ਔਖੇ ਵੇਲੇ ਕਿਹੜੇ ਕਿਹੜੇ ਨਾਲ ਖੜੇ ਹੈ ਦਿਲ ਦੇ ਪੰਨੇ ਤੇ ਜੱਟ ਔ ਲਿਖੀ ਫਿਰਦਾ ਬਾਬੂ ਨੇ ਕਿਹੜੇ ਵਾਸੀ ਕਰਾਈ ਹੈ ਬੈਕ ਵਗੈਰੇ ਕੀਤਾ ਮੁੰਡੇ ਨੇ ਆਰ ਚਰਚੇ ਹੁੰਦੇ ਹੈ ਆਰ ਵੇਖਾਂਗੇ ਆਪਾਂ ਇਹ ਮੂਸੇ ਵੀ ਪਿੰਡ ਚੱਲ ਕੇ ਆਇਆ ਨੂਰਕੀ ਕੁੰਬਰ ਬਣਾਲੀ ਚੰਦ ਕੋਠੀ ਹਜਰਾਵਾਂ ਕਲਾ ਖੁਰਦ ਇਹ ਮੁੰਡਾ ਯਮਲ ਦੇ ਪਿੰਡਾਂ ਵਿੱਚੋਂ ਚੱਲ ਕੇ ਆਇਆ ਆਰ ਮੰਗਲ ਮੰਗੀ ਕੋ ਵੱਡਾ ਫਰਕਾਰ ਉਹ ਲਾਗੇ ਨੇ ਪੈਦਾ ਕੀਤਾ ਪੀਰ ਬਾਬਾ ਖੈਰ ਸਿੰਘ ਜੀ ਮਹਾਰਾਜ ਉਹਦੀ ਬੜੀ ਕਿਰਪਾ ਬਾਹਰ ਫੇਰ ਦਾਵਤ ਹੈ ਸ਼ਹੀਦਾਂ ਜਿਹੜੀਆਂ ਜੁੜੀਆਂ ਹੋਈਆਂ ਇੰਦਰਜੀਤ ਸਿੰਘ ਜੀ ਭੁੱਲਰ ਔਰ ਉਹਨਾਂ ਕੋਲ 2100 ਦੇ ਯੋਗਦਾਨ ਦੀ ਬੇਨਤੀ ਜਿਹੜੇ ਕਿਹੜੇ ਪਹੁੰਚਦੇ ਹੋਏ ਹੈ ਉਹਨਾਂ ਵੀ ਕਿਹੜੇ ਬਹੁਤ ਬਹੁਤ ਧੰਨਵਾਦ ਹੈ ਟੈਨਰ ਦੀ ਕਿੰਨੀ ਦੱਸੋ ਜੀ ਮਹਾਰਾਜ 35 ਹੋ ਗਏ ਚਾਹੀਦੇ
ਲਓ ਸਾਹਮਣੇ ਕਿਆ ਬਾਤ ਹੈ, ਜਿਉਂਦਾ ਰਹਿ ਤਾ ਗਿਆ ਮੈਚ ਬੜਾ ਤਕੜਾ ਜਿਹੜੇ ਖੇਡੇ ਜਾ ਰਹੇ ਖੇਡ ਦੇ ਮੈਦਾਨ ਦੇ ਵਿੱਚ। ਲਓ ਸਾਹਮਣੇ ਵੇਖਾਂਗੇ ਆਪਾਂ ਰਾਜਵੀ ਵਾਲੇ ਮੁੰਡੇ ਬੈਕ ਫੁੱਟ ਤੇ ਆ ਗਏ ਹੈ, ਹਲਕੇ ਹਲਕੇ ਕਦਮਾਂ ਦੇ ਨਾਲ। ਚੱਲ ਕੋਠੀ ਤੇ ਰਾਜਵੀ ਦਾ ਕਿਹੜੇ ਮੁਕਾਬਲਾ, ਪਹਿਲਾ ਸੈਮੀ ਫਾਈਨਲ ਹੈ। ਉੱਪਰਲਾ ਮੈਚ ਹਰਿਆਣਾ ਤੇ ਪੰਜਾਬ ਦਾ ਆਉਣਾ ਹੈ, ਇਹ ਦੋਵੇਂ ਟੀਮਾਂ ਹਰਿਆਣੇ ਦੀ ਹੈ। ਲਓ ਸਾਹਮਣੇ ਵੇਖਾਂਗੇ ਆਪਾਂ ਬਾਲ ਪੈਂਦੀ ਹੈ ਹਵਾ ਦੇ ਵਿੱਚ, ਬਾਲ ਤੇ ਮੁੰਡੇ ਨੇ ਤਾਬੜੀਆਂ ਬਾਲਾਂ ਪਾ ਕੇ ਆਹ ਮੈਚ ਦੇ ਵਿੱਚ ਕਿਹੜੇ ਜਾਨ ਪਾ ਦਿੱਤੀ ਹੈ। ਇੱਕ ਸਿੰਗਲ ਔਰ ਕਿਹੜੇ ਜੁੜਿਆ ਦੂਸਰਾ, ਔਰ ਵੇਖਾਂਗੇ ਆਪਾਂ ਡਾਈ ਦਾ ਕਹਿੰਦੇ ਨੈਟ ਆਉਂਦਾ ਨਾ ਬਈ। ਹਾਂ ਠੀਕ ਹੈ ਜੀ, ਮੈਂ ਕਿਹਾ ਜੀ ਟੱਪ ਗਿਆ ਤਾਂ ਕਰਕੇ ਪੁੱਛਿਆ ਹੈ। ਸਕੋਰ ਸਾਂਝੇ ਕਰ ਰਹੀ ਵੱਡੇ ਬਈ ਕਿੰਨੇ ਨੇਮਰ ਸ਼ਾਟ ਔਰ ਸਿੰਗਲ ਦੇ ਨਾਲ 40 ਹੋ ਗਈ ਜਿਹੜੀ, ਔਰ ਹਜੇ ਵੀ ਕਿਤੇ 63 ਬਾਕੀ ਹੈ। ਜਿੱਦਾਂ ਜਿਹੜੀ 63 ਰਹਿ ਗਈਆਂ ਰਹਿੰਦੀਆਂ ਬਾਲਾਂ ਦੀ ਛੱਕੇ ਕਈ ਚਾਹੀਦੇ ਹੈ, ਪਰ ਜਿਹੜਾ ਫੌਜਾਂ ਦੀ ਟੀਮ ਦਾ ਹੋਇਆ ਨਾ ਉਹ ਤੇ ਯਾਦ ਰਹਿਣਾ ਪੂਰਾ ਇੱਕ ਸਾਲ। ਇੱਕ ਰੱਤੋਂ ਟੀਮ ਹਾਰੀ ਕਦੇ ਚੱਲ ਕੋਠੀ ਜਿੱਤੀ ਹੈ, ਇਹ ਫੁਰਜਾਂ ਨੇ ਕਦੇ ਐਨ ਸੋਚਾਂ ਦੇ ਵਿੱਚ ਹੈ। ਜੇ ਕਿਤੇ ਉਹ ਕੈਦ ਖੜੇ ਹੁੰਦੇ ਇਹ ਗੱਲ ਬਣ ਜਾਣੀ ਸੀਗੀ, ਪਰ ਵੇਖਾਂਗੇ ਆਪਾਂ ਬਾਲ ਪੈਂਦੀ ਹੈ। ਭਾਈ ਪਹਿਲਾਂ ਰਜੀਤ ਬਾਈ ਮੇਲਾ ਬਹੁਤ ਤਾਬੜਾ ਹੋਇਆ, ਕੋਈ ਸ਼ੱਕ ਨਹੀਂ ਗਾ। ਪ੍ਰਾਈਜ ਭਾਵੇਂ 25,000 15,000 ਹੈ, ਪਰ ਪ੍ਰਬੰਧ ਟੀਮਾਂ ਪਲੇਅਰ ਪਰ ਸਲਾਹਾਂ ਬਣਦੀਆਂ, ਤੁਸੀਂ ਨਿਸ਼ਪਕਸ਼ ਟਾਈਆਂ ਪਾ ਕੇ ਵਧੀਆ ਮੈਡ ਕਰਵਾਇਆ, ਟੀਮਾਂ ਨੇ ਬਹੁਤ ਤਾਰੀਫ ਕੀਤੀ ਹੈ, ਇਹ ਚੀਜ਼ਾਂ ਬਹੁਤ ਨੋਟਿਸ ਹੁੰਦੀਆਂ। ਔਰ ਵੇਖਾਂਗੇ ਆਪਾਂ ਰੇਨੂ ਦੀਆਂ ਬਾਲਾਂ ਦੇ ਆਹ ਮੁੰਡਾ ਬਾਲ ਪਾਉਣ ਲਈ ਫਿਰ ਤਿਆਰ ਹੈ, ਪਹਿਲੇ ਬਾਲਾਂ ਬਾਕੀ ਰਹਿ ਗਈਆਂ, ਚਲਾਓ ਵੀ ਬੈਠ ਵੱਡੇ ਬਈ ਹੁਣ ਤੇ ਸਕੋਰ ਬਾਲੇ ਬਾਕੀ ਹਰੇ ਵੀ ਜਿੱਤਣ ਦੇ ਲਈ ਚਾਹੀਦੇ ਹੈ। ਇਹਨਾਂ ਦੇ ਪਾਸੇ ਰਾਜਵੀਆਂ ਨੇ ਆਰ ਬੈਕਫੁੱਟ ਤੇ ਰਹੇ ਔਰ ਸਮਾਪਤ ਹੈ। 4 ਦੱਸੋ ਜੀ ਕਿੰਨੇ, 41 ਹੋ ਗਏ ਬਾਈ, 12 ਸਿੰਗਲ ਆ ਗਿਆ, ਸਿੰਗਲ ਆ ਕੇ ਨਹੀਂ ਆਇਆ, ਫਿਰ 41 ਹੈ, 40 ਤੇ ਰਹਿ ਗਏ 12 ਬਾਲਾਂ। ਕਿਆ ਬਾਤ ਹੈ, ਬਲਜੀਤ ਭੁੱਲਰ ਕਹਿੰਦਾ ਵੀ ਬੋਤਾ ਸਾਡੀ ਜ਼ਿੰਦਗੀ ਦਾ ਮਾਣ ਹੈ, ਯਾਰੀ ਸਾਡੇ ਕਿਤੇ ਕਿਲ ਵਰਗੀ ਹੈ, ਜੇ ਜਿੱਤ ਗਿਆ ਪੈਜ ਭਾਵੇਂ 25,000 ਭਾਵੇਂ 15,000 ਹੈ, ਇਹ ਸਾਰੇ ਦੇ ਕੇ ਜਾਣੇ ਬਲਜੀਤ ਭੁੱਲਰ ਨੂੰ। ਆਹ ਗੱਲਾਂ ਹੋਈਆਂ ਦਿੱਲੀ ਪਾਸੇ, ਹਾਂ ਉਹਦੇ ਰਾਠਾਂ ਦਾ ਵੀ ਇਹੀ ਗੱਲ ਹੋਈ ਹੈ, ਇਹ ਚਰਚੇ ਹੋਏ ਪੱਟੇ ਮੇਰੇ ਮਿੱਤਰੋ, ਬਾਲ ਕਿਹੜੇ ਪਾਉਣੀ ਮੁੰਡਾ ਤਿਆਰ ਹੈ, ਆਹ ਮਾਂ ਵੀ ਰਹੇ ਮੇਰੇ ਮਿੱਤਰੋ, ਥੋੜਾ ਜਿਹਾ ਕਿਹੜੇ ਇੱਜੜ ਹੈ, ਥੋੜੀ ਜਿਹੀ ਕਿਤੇ ਸੱਟ ਫਿਰ ਲੱਗੀ ਹੈ ਮੁੰਡੇ ਦੀ, ਆਹ ਦਰਦ ਕਿਤੇ ਮਹਿਸੂਸ ਕਰਦਾ ਮੁੰਡਾ, ਫਿਰ ਵੀ ਡਿਗਣਾ
ਇਸ ਟੀਮ ਵੱਲੋਂ ਪਹਿਲਾ ਓਵਰ ਪਾਉਣਾ ਹੈ, ਪਰ ਅੱਜ ਕੱਲ੍ਹ ਜੇ ਥੋੜਾ ਜਿਹਾ ਕਿਤੇ ਇਨਫਿਟ ਹੈ, ਪਰ ਵੇਖਾਂਗੇ ਬਾਲ ਪੈਂਦੀ ਹੈ, ਪਿੰਡ ਵੀ ਮੇਲਾ ਚੱਲਦਾ ਜਿਹੜਾ, ਪਰ ਜ਼ੋਰ ਲਾਉਣਾ ਪੈਣਾ ਹੈ। ਆਓ ਬਾਲ ਬਾਡਰ ਉਤਾਰ ਚਾਰ ਦੇ ਵਾਢੇ ਚੁੱਕਾ ਗਿਆ ਕੇ ਅਮਰਜੀਤ ਦੇ ਸੁਖਦੇਵ ਭਾਈ ਸਾਡੀ ਜ਼ਿੰਦਗੀ ਦੇ ਮਾਣ ਹੈ। ਔਰ 10-11 ਸਾਲ ਤੋਂ ਟੀਮ ਦੇ ਲਈ ਖੇਡ ਰਹੇ ਨੇ ਮੁੰਡੇ, ਉਹਨਾਂ ਦਾ ਅੱਜ ਵੱਡੇ ਪੱਧਰ ਦੇ ਵੱਡਾ ਸਨਮਾਨ ਕਰੇ ਹੋਣਾ, ਜਿਹੜਾ ਪ੍ਰਬੰਧਕ ਕਮੇਟੀ ਤੋਂ ਵੱਡੇ ਮਾਣ ਕਰੇ ਕੀਤੇ ਜਾਣਗੇ, ਜਿਹੜੇ ਰਾਜਵੀ ਨੇ ਕਿਹੜੇ ਉਮੀਦਾਂ ਛੱਡੀਆਂ ਹੈ। ਉਹ ਤੁਸੀਂ ਇਹੋ ਜਾਂਦੇ ਹੋ ਬਾਈ ਖੜੋ ਨਾ ਯਾਰ, ਉਹ ਸੀਰੀ ਕਾਊਂਟ ਹੋ ਗਈ ਬਾਈ ਯਾਰ, ਦੋ ਮੈਚਾਂ ਦੀ ਯਾਰ ਕਮਾਲ ਹੋ ਗਈ ਯਾਰ। ਜਿੱਤ ਗਈ ਹੈ ਟੀਮ ਚ ਰਿਪੋਰਟੀ, ਤਾਲੀਆਂ ਨਾਲ ਰੋਈ ਉਹਦਾ ਰਾਜੀ ਦਾ ਕਿਹੜੇ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਆਉਦੀ ਹੀਰਕਾ ਤੇ ਨਾਲ ਟੀਮ।